ਜਾਂ 8ਵਾਂ ਮਹੀਨਾ ਪੂਰਾ ਕਰ ਚੁੱਕਾ ਹੈ ਤਾਂ ਉਹ ਚਮਚ ਦੇ ਰਾਹੀਂ ਕਿਵੇਂ ਦੁੱਧ ਪਿਆਉਣ, ਤੇ ਦੁੱਧ ਪਿਲਾਉਣ ਦੇ ਹੋਏ ਬੱਚੇ ਦਾ ਸਿਰ ਉੱਪਰ ਰੱਖਣਾ ਹੈ, ਇਸ ਨੂੰ ਅਸੀਂ ਕ੍ਰੇਡਲ ਹੋਲਡ ਪੋਜੀਸ਼ਨ ਕਹਿੰਦੇ ਹਾਂ। ਤੇ ਦੁੱਧ ਪਿਲਾਉਣ ਤੋਂ ਬਾਅਦ ਜਦੋਂ ਵੀ ਉਹ ਸਪੂਨ ਨਾਲ ਬੱਚੇ ਨੂੰ ਦੁੱਧ ਪਿਲਾ ਰਹੇ ਹਨ ਤਾਂ ਉਹ ਸਪੂਨ ਦੇ ਵਿੱਚ ਤੁਸੀਂ ਦੇਖਦੇ ਰਹਿਣਾ ਹੈ ਕਿ ਬਬਲਸ ਬਣਦੇ ਹੋਣ ਤੇ ਬੱਚਾ ਸਾਹ ਠੀਕ ਲੈ ਰਿਹਾ ਹੋਵੇ। ਤਾਂ ਇਸ ਚੱਕਰ ਵਿੱਚ ਉਹ ਜਿਹੜਾ ਉਹਨਾਂ ਦਾ ਰੇਸ਼ਾ ਉਹ ਸਾਹ ਦੀ ਨਲੀ ਵਿੱਚ ਜਾਣ ਦੇ ਜ਼ਿਆਦਾ ਚਾਂਸਸ ਰਹਿਣਗੇ। ਇਸ ਲਈ ਕਦੇ ਵੀ ਤੁਸੀਂ ਘਰ ਆਪਣੇ ਆਪ ਬਿਨਾਂ ਬੱਚਿਆਂ ਦੇ ਡਾਕਟਰ ਦੀ ਸਲਾਹ ਤੋਂ ਖਾਂਸੀ ਦੀ ਦਵਾਈ ਨਹੀਂ ਦੇਣੀ ਹੈ। ਕਿਸੇ ਵੀ ਉਮਰ ਦੇ ਬੱਚੇ ਲਈ ਲੇਟ ਕੇ ਖਾਣਾ ਖਾਣਾ ਠੀਕ ਨਹੀਂ ਹੈ, ਇਨਫੈਕਟ ਕਿ ਵੱਡਿਆਂ ਲਈ ਵੀ। ਜਾਂ ਜਿਵੇਂ ਹੁਣ ਕੋਈ ਬੱਚੇ ਨੂੰ ਕਿਸੇ ਦੌਰੇ ਦੀ ਦਵਾਈ ਚੱਲ ਰਹੀ ਹੈ ਤਾਂ ਉਹਨਾਂ ਬੱਚਿਆਂ ਦੇ ਵੀ ਕਫ ਰਿਫਲੈਕਸ ਥੋੜੇ ਸਲੋ ਹੁੰਦੇ ਨੇ, ਤਾਂ ਤੁਸੀਂ ਕਿਸੇ ਵੀ ਉਮਰ ਦੇ ਬੱਚੇ ਨੂੰ ਲੇਟ ਕੇ ਖਾਣਾ ਨਹੀਂ ਖਿਲਾਣਾ। ਅੱਜ ਕੱਲ ਪੇਰੈਂਟਸ ਕੀ ਕਰਦੇ ਆ ਕਿ ਫੋਨ ਅੱਗੇ ਰੱਖ ਦਿੰਦੇ ਆ, ਹਨਾ, ਤੂੰ ਸਕਰੀਨ ਦਿਖਾਉਂਦੇ ਹੋਏ ਖਾਣਾ ਖਿਲਾਉਂਦੇ ਆ, ਉਹਦੇ ਨਾਲ ਚੋਕਿੰਗ ਦੀ ਪ੍ਰੋਬਲਮਸ ਹੋਰ ਵੱਧ ਰਹੀਆਂ। ਦੋ ਫਿੰਗਰ ਬੱਚੇ ਦੀ ਛਾਤੀ ਦੇ ਉੱਤੇ ਇਸ ਤਰੀਕੇ ਨਾਲ ਤੁਸੀਂ ਐਵੇਂ ਪ੍ਰੈਸ ਕਰਨਾ, ਇਹਨੂੰ ਅਸੀਂ ਚੈਸਟ ਥ੍ਰਸਟ ਕਹਿੰਦੇ ਆ। 5 ਵਾਰੀ ਤੁਸੀਂ ਏਦਾਂ ਕਰਨਾ ਹੈ ਜ਼ੋਰ ਦੇ ਨਾਲ, ਤਾਂ ਕਿ ਜਿਹੜਾ ਉਹਦੇ ਗਲੇ ਦੇ ਵਿੱਚ ਖਾਣਾ ਫਸਿਆ ਹੋਇਆ ਹੈ ਉਹ ਨਿਕਲ ਜਾਵੇ। ਅੱਜ ਇੱਕ 4 ਸਾਲ ਦੀ ਬੱਚੀ ਮਿਸਹੈਪਨਿੰਗ ਹੋਈ ਹੈ, ਇੱਕ 4 ਸਾਲ ਦੀ ਬੱਚੀ ਦੀ ਮੌਤ ਹੋਈ ਹੈ। ਹਾਲਾਂਕਿ ਸਾਹ ਦੀ ਨਲੀ ਦੇ ਵਿੱਚ ਫੂਡ ਫਸ ਕਾਰਨ ਇਹ ਮਿਸਹੈਪਨਿੰਗ ਹੋਈ ਹੈ, ਲੇਕਿਨ ਕਈ ਇਸ ਤਰ੍ਹਾਂ ਦੇ ਮਾਮਲੇ ਪਹਿਲਾਂ ਵੀ ਆ ਚੁੱਕੇ ਨੇ। ਹਾਲਾਂਕਿ ਡਾਕਟਰਸ ਲਗਾਤਾਰ ਪੇਰੈਂਟਸ ਨੂੰ ਅਵੇਅਰ ਕਰਦੇ ਆ, ਪੇਰੈਂਟਸ ਨੂੰ, ਕਿਉਂਕਿ ਛੋਟੇ ਜਿਹੜੇ ਬੱਚੇ ਹੁੰਦੇ ਆ ਜਦ ਉਹਨਾਂ ਦੀ ਫੀਡ ਉਹਨਾਂ ਨੂੰ ਦਿੰਦੇ, ਕਿਸ ਤਰ੍ਹਾਂ ਦੀ ਸਾਵਧਾਨੀ ਵਰਤਣੀ ਚਾਹੀਦੀ, ਕਿਸ ਤਰ੍ਹਾਂ ਦੀ ਚੀਜ਼ਾਂ ਨੂੰ ਲੈ ਕੇ ਬੜਾ ਹੀ ਜਿਹੜਾ ਅਵੇਅਰ ਹੋਣ ਦੀ ਲੋੜ ਹੈ। ਇਹ ਲਗਾਤਾਰ ਕੋਸ਼ਿਸ਼ ਕਰਦੇ ਅਸੀਂ ਵੀ ਡਾਕਟਰਸ ਨਾਲ ਗੱਲਬਾਤ ਕਰਨ ਦੀ, ਲੇਕਿਨ ਅੱਜ ਇੱਕ ਮਿਸਹੈਪਨਿੰਗ ਹੋਣ ਤੋਂ ਬਾਅਦ ਜ਼ਰੂਰ ਕਿਤੇ ਨਾ ਕਿਤੇ ਇਹ ਲੋੜ ਹੈ ਪੇਰੈਂਟਸ ਨੂੰ ਵੀ ਕਿ ਕਿਸ ਤਰ੍ਹਾਂ ਦੀ ਸਾਵਧਾਨੀ, ਕਿਸ ਤਰ੍ਹਾਂ ਦੀ ਪ੍ਰੀਕੋਸ਼ਨ ਜਿਹੜੀ ਹੈ ਉਹ ਲਿੱਤੀ ਜਾਵੇ। ਸਾਡੇ ਨਾਲ ਸੀਨੀਅਰ ਡਾਕਟਰ ਨੇ, ਡਾਕਟਰ ਨੀਰਜ ਖੁੱਲਰ ਜੀ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਮੈਡਮ, ਕਿਉਂਕਿ ਇਹ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਚੀਜ਼ਾਂ ਸਾਹਮਣੇ ਆਈ ਹੈ ਜਿਸ ਨੂੰ ਲੈ ਕੇ ਮਿਸਹੈਪਨਿੰਗ ਹੋਈ ਹੈ, ਕਿਸ ਤਰ੍ਹਾਂ ਦੀ ਸਾਵਧਾਨੀ ਤੇ ਪ੍ਰੀਕੋਸ਼ਨ ਜੇ ਆਪਾਂ ਗੱਲ ਕਰੀਏ ਹੁੰਦੀ ਹੈ, ਕਿਉਂਕਿ ਤੁਹਾਡੇ ਕੋਲ ਤਾਂ ਲਗਾਤਾਰ ਕੇਸਿਸ ਆਉਂਦੇ ਰਹਿੰਦੇ, ਇਹ ਸਮਝਣਾ ਚਾਹੁੰਦਾ। ਬੱਚੇ 12 ਸਾਲ ਤੱਕ ਆਉਂਦੇ ਆ, ਉਹਦੇ ਵਿੱਚ ਅਸੀਂ ਅੱਗੇ ਗਰੁੱਪਸ ਡਿਵਾਈਡ ਕਰਦੇ ਹਾਂ, ਜਿਵੇਂ ਨਿਊਬੋਰਨ ਬੇਬੀ ਜਿਹੜਾ ਕਿ 1 ਮਹੀਨੇ ਤੱਕ ਹੁੰਦਾ, ਇਨਫੈਂਟ ਜਿਹੜਾ ਕਿ 1 ਸਾਲ ਤੱਕ ਹੁੰਦਾ, ਤੇ ਉਸ ਤੋਂ ਵੱਡੇ ਬੱਚੇ। ਹੁਣ ਹਰ ਏਜ ਗਰੁੱਪ ਵਿੱਚ ਬੱਚੇ ਦਾ ਸਾਹ ਲੈਣ ਦਾ ਤਰੀਕਾ, ਖਾਂਸੀ ਕਰਨ ਦਾ ਤਰੀਕਾ ਤੇ ਖਾਣ ਦੇ ਤਰੀਕੇ ਦੇ ਕੋਆਰਡੀਨੇਸ਼ਨ ਵਿੱਚ ਫਰਕ ਹੈ। ਇਸ ਲਈ ਅਸੀਂ ਜਦੋਂ ਸਾਡੇ ਕੋਲ ਇੱਕ ਨਿਊਬੋਰਨ ਬੇਬੀ ਇੱਥੋਂ ਘਰ ਜਾਂਦਾ, ਅਸੀਂ ਉਹਨੂੰ ਡਿਲੀਵਰੀ ਹੋਣ ਤੋਂ ਬਾਅਦ ਡਿਸਚਾਰਜ ਕਰਦੇ ਹਾਂ, ਕੁਛ ਬੇਸਿਕ ਗੱਲਾਂ ਸਮਝਾ ਕੇ ਭੇਜਦੇ ਹਾਂ ਤਾਂ ਕਿ ਉਹਨਾਂ ਨੂੰ, ਮਦਰਸ ਨੂੰ ਜਾਂ ਪੇਰੈਂਟਸ ਨੂੰ ਇਹ ਪ੍ਰੋਬਲਮਸ ਦਾ ਸਾਹਮਣਾ ਨਾ ਕਰਨਾ ਪਵੇ। ਜਿਵੇਂ ਕਿ ਹੁਣ ਕੋਈ ਨਿਊਬੋਰਨ ਬੇਬੀ ਹੈ ਜਿਹੜਾ ਕਿ ਟਾਈਮ ਤੋਂ ਪਹਿਲਾਂ ਪੈਦਾ ਹੋਇਆ, ਇੱਕ ਨੋਰਮਲ ਬੇਬੀ 9 ਮਹੀਨੇ ਤੇ ਪੈਦਾ ਹੁੰਦਾ ਹੈ, ਜਿਹੜਾ ਆਮ ਤੌਰ ਤੇ 2.5 ਕਿਲੋ ਜਾਂ 3 ਕਿਲੋ ਦਾ ਬੱਚਾ ਹੁੰਦਾ ਹੈ। ਜਿਹੜੇ ਬੱਚੇ ਟਾਈਮ ਤੋਂ ਪਹਿਲਾਂ ਪੈਦਾ ਹੁੰਦੇ ਹਨ ਤੇ ਜਿਨ੍ਹਾਂ ਦਾ ਵਜ਼ਨ ਘੱਟ ਹੁੰਦਾ ਹੈ, ਅਸੀਂ ਉਹਨਾਂ ਨੂੰ ਵੀ ਇਹ ਗੱਲ ਸਮਝਾ ਕੇ ਭੇਜਦੇ ਹਾਂ, ਕਿਉਂਕਿ ਇੱਕ ਸਕਿੰਗ ਰਿਫਲੈਕਸ ਹੁੰਦਾ ਹੈ ਜਿਵੇਂ ਜਿਹਦੇ ਨਾਲ ਬੱਚੇ ਦੁੱਧ ਪੀਂਦੇ ਹਨ, ਤੇ ਇੱਕ ਸਾਹ ਲੈਣ ਦਾ ਰਿਫਲੈਕਸ ਹੁੰਦਾ ਹੈ। ਜਿਹੜੇ ਬੱਚੇ ਛੋਟੇ ਹੁੰਦੇ ਹਨ, ਵਜ਼ਨ ਘੱਟ ਹੁੰਦਾ ਹੈ ਤੇ ਟਾਈਮ ਤੋਂ ਪਹਿਲਾਂ ਪੈਦਾ ਹੁੰਦੇ ਹਨ, ਉਹ ਦੋਨਾਂ ਵਿੱਚ ਕੋਆਰਡੀਨੇਟ ਨਹੀਂ ਕਰ ਪਾਉਂਦੇ। ਇਸ ਲਈ ਅਸੀਂ ਉਹਨਾਂ ਨੂੰ ਸਮਝਾ ਕੇ ਭੇਜਦੇ ਹਾਂ ਕਿ ਬੱਚੇ ਦਾ ਸਿਰ, ਜਿਵੇਂ ਬੱਚਾ ਜੇ 8 ਜਾਂ 8ਵਾਂ ਮਹੀਨਾ ਪੂਰਾ ਕਰ ਚੁੱਕਾ ਹੈ ਤਾਂ ਉਹ ਚਮਚ ਦੇ ਰਾਹੀਂ ਕਿਵੇਂ ਦੁੱਧ ਪਿਆਉਣ, ਤੇ ਦੁੱਧ ਪਿਲਾਉਣ ਦੇ ਹੋਏ ਬੱਚੇ ਦਾ ਸਿਰ ਉੱਪਰ ਰੱਖਣਾ ਹੈ, ਇਸ ਨੂੰ ਅਸੀਂ ਕ੍ਰੇਡਲ ਹੋਲਡ ਪੋਜੀਸ਼ਨ ਕਹਿੰਦੇ ਹਾਂ। ਤੇ ਦੁੱਧ ਪਿਲਾਉਣ ਤੋਂ ਬਾਅਦ ਜਦੋਂ ਵੀ ਉਹ ਸਪੂਨ ਨਾਲ ਬੱਚੇ ਨੂੰ ਦੁੱਧ ਪਿਲਾ ਰਹੇ ਹਨ ਤਾਂ ਉਹ ਸਪੂਨ ਦੇ ਵਿੱਚ ਤੁਸੀਂ ਦੇਖਦੇ ਰਹਿਣਾ ਹੈ ਕਿ ਬਬਲਸ ਬਣਦੇ ਹੋਣ
ਤੇ ਬੱਚਾ ਸਾਹ ਠੀਕ ਲੈ ਰਿਹਾ ਹੋਵੇ ਤੇ ਦੁੱਧ ਪਿਲਾਉਣ ਤੋਂ ਬਾਅਦ ਕਦੇ ਵੀ ਬੱਚੇ ਨੂੰ ਤੁਸੀਂ ਇੱਕਦਮ ਸਿੱਧਾ ਨਹੀਂ ਲਿਟਾਣਾ ਹੈ। ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਥੋੜਾ ਜਿਹਾ ਬੈਕ ਤੇ ਲੈ ਕੇ ਥੋੜੀ ਦੇਰ ਵਾਕ ਕਰਨ ਨੂੰ ਕਹਿੰਦੇ ਆ, ਜਾਂ ਇਹਨੂੰ ਬਰਪਿੰਗ ਟੈਕਨੀਕ ਵੀ ਕਹਿੰਦੇ ਆ ਕਿ ਤੁਸੀਂ ਇੱਕਦਮ ਨਹੀਂ ਲਟਾਣਾ। ਨਾਲੇ ਕਦੇ ਵੀ 1 ਸਾਲ ਤੋਂ ਛੋਟੇ ਬੱਚੇ ਨੂੰ ਰੂਮ ਚ ਇਕੱਲੇ ਨਹੀਂ ਸੁਲਾਣਾ ਹੈ। ਤੇ ਇੱਕ ਕ੍ਰੇਡਲ ਤੇ ਬੇਬੀ ਕੋਟਸ ਆਉਂਦੀਆਂ, ਅਸੀਂ ਇਹ ਵੀ ਐਡਵਾਈਸ ਕਰਦੇ ਹਾਂ ਕਿ ਜਿਹੜੀਆਂ ਉਹ ਕ੍ਰੇਡਲਸ ਹੁੰਦੀਆਂ ਹਨ ਉਹਨਾਂ ਦਾ ਲੈਵਲ ਉੱਚਾ ਰਵੇ, ਇੱਕ ਪੇਰੈਂਟ ਹਮੇਸ਼ਾ ਉਸ ਰੂਮ ਚ ਰਵੇ ਤੇ ਕਦੇ ਵੀ ਉਹ ਰੂਮ ਦਾ ਡੋਰ ਬੰਦ ਨਹੀਂ ਹੋਣਾ ਚਾਹੀਦਾ ਤੇ ਜਿਹੜੇ ਵੀ ਉਹ ਰੂਮ ਦੇ ਵਾਸ਼ਰੂਮਸ ਹੈ ਉਹਨਾਂ ਦੇ ਲੌਕ ਬੰਦ ਰਹਿਣ। ਤੇ ਜੇ ਬੱਚੇ ਨੂੰ ਨੋਰਮਲ ਖਾਂਸੀ ਜ਼ੁਕਾਮ ਵੀ ਹੈ, ਜਿਹੜਾ 1 ਸਾਲ ਤੋਂ ਨੀਚੇ ਦਾ ਬੱਚਾ ਹੈ, ਤੁਸੀਂ ਆਪਣੇ ਘਰ ਦੇ ਨੇੜੇ ਜਿਹੜਾ ਵੀ ਬੱਚਿਆਂ ਦਾ ਡਾਕਟਰ ਹੈ ਉਹਨੂੰ ਜ਼ਰੂਰ ਦਿਖਾਉਣ ਜਾਣਾ, ਆਪਣੇ ਆਪ ਕੋਈ ਖਾਂਸੀ ਦੀ ਜਾਂ ਜ਼ੁਕਾਮ ਦੀ ਦਵਾਈ ਨਹੀਂ ਦੇਣੀ ਹੈ। ਕਈ ਵਾਰੀ ਇਹ ਦੇਖਿਆ ਗਿਆ ਹੈ ਕਿ ਕਈ ਜਿਹੜੇ ਬੱਚੇ ਬਾਈ ਚਾਂਸ ਕੋਈ ਖਾਂਸੀ ਹੋ ਰਹੀ, ਜ਼ੁਕਾਮ ਹੋ ਰਿਹਾ, ਤਾਂ ਕੈਮਿਸਟ ਤੋਂ ਜਾ ਕੇ ਤੁਸੀਂ ਕੋਈ ਵੀ ਜਿਹੜੀ ਹੈਗੀ ਹੈ ਸਿਰਪ ਲੈ ਲਓ ਜਾਂ ਕਿਸੇ ਦਵਾਈ ਲੈ ਲਓ। ਜਿਵੇਂ ਜਿਹੜੀ ਓਵਰ ਦਾ ਕਾਊਂਟਰ ਡਰੱਗਸ ਮਿਲਦੀਆਂ, ਮਤਲਬ ਕਿ ਜਿਵੇਂ ਤੁਸੀਂ ਕੈਮਿਸਟ ਤੋਂ ਜਾ ਕੇ ਖਾਂਸੀ ਦੀ ਦਵਾਈ ਲੈ ਲੈਂਦੇ ਹੋ, ਸਪੈਸ਼ਲੀ 1 ਸਾਲ ਤੋਂ ਥੱਲੇ ਦੇ ਬੱਚਿਆਂ ਵਿੱਚ, ਅਸੀਂ ਕੋਈ ਵੀ ਐਵੇਂ ਦੀ ਦਵਾਈ ਨਹੀਂ ਦਿੰਦੇ ਜਿਹੜੀ ਕਿ ਖਾਂਸੀ ਨੂੰ ਦਬਾਵੇ, ਕਿਉਂਕਿ ਜੇ ਅਸੀਂ ਖਾਂਸੀ ਨੂੰ ਦਬਾਵਾਂਗੇ ਤਾਂ ਉਹੀ ਉਹਨਾਂ ਦਾ ਕਫ ਰਿਫਲੈਕਸ ਨਹੀਂ ਹੋਏਗਾ, ਤਾਂ ਇਸ ਚੱਕਰ ਵਿੱਚ ਉਹ ਜਿਹੜਾ ਉਹਨਾਂ ਦਾ ਰੇਸ਼ਾ ਉਹ ਸਾਹ ਦੀ ਨਲੀ ਵਿੱਚ ਜਾਣ ਦੇ ਜ਼ਿਆਦਾ ਚਾਂਸਿਸ ਰਹਿਣਗੇ। ਇਸ ਲਈ ਕਦੇ ਵੀ ਤੁਸੀਂ ਘਰ ਆਪਣੇ ਆਪ ਬਿਨਾਂ ਬੱਚਿਆਂ ਦੇ ਡਾਕਟਰ ਦੀ ਸਲਾਹ ਤੋਂ ਖਾਂਸੀ ਦੀ ਦਵਾਈ ਨਹੀਂ ਦੇਣੀ ਹੈ। ਤੇ ਨੋਰਮਲ ਖਾਂਸੀ ਜ਼ੁਕਾਮ ਲਈ ਘਰ ਦੇ ਨੇੜੇ ਬੱਚਿਆਂ ਦੇ ਡਾਕਟਰ ਕੋਲ ਲੈ ਕੇ ਜਾਣਾ ਹੈ। ਤੇ ਜਿਵੇਂ ਕਿ ਮੈਂ ਤੁਹਾਨੂੰ ਫੀਡਿੰਗ ਪੋਜੀਸ਼ਨ ਸਮਝਾਈ, ਇਸ ਤੋਂ ਇਲਾਵਾ ਕ੍ਰੇਡਲ ਹੋਲਡ ਪੋਜੀਸ਼ਨ ਜਿਵੇਂ ਸਮਝਾਈ ਤੇ ਬਰਪਿੰਗ ਟੈਕਨੀਕ, ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਹੈ। ਤੇ ਕਦੇ ਵੀ ਤੁਹਾਨੂੰ ਲੱਗਦਾ ਹੈ ਕਿ ਬੱਚਾ ਦੁੱਧ ਲੈਂਦੇ ਹੋਏ ਬੱਚੇ ਦਾ ਰੰਗ ਨੀਲਾ ਪੈ ਰਿਹਾ ਜਾਂ ਸਾਹ ਤੇਜ਼ ਲੈ ਰਿਹਾ ਜਾਂ ਸਾਹ ਘੱਟ ਲੈ ਰਿਹਾ, ਤਾਂ ਆਪਣੇ ਆਪ ਤੁਸੀਂ ਕੁਛ ਨਹੀਂ ਕਰਨਾ, ਆਪਣੇ ਆਪ ਕੋਈ ਮੈਡੀਸਿਨ ਨਹੀਂ ਦੇਣੀ। ਹਾਂ, ਜੇ ਬੱਚਾ ਥੋੜਾ ਵੱਡਾ ਹੈ ਤਾਂ ਤੁਸੀਂ ਜਿਵੇਂ ਤੁਸੀਂ ਖਾਣਾ ਖਿਲਾ ਰਹੇ ਹੋ, ਬੱਚਾ ਕਈ ਵਾਰੀ ਲੇਟ ਕੇ ਖਾਣਾ ਖਾਂਦਾ ਤਾਂ ਉਹਨੂੰ 1 ਸਾਲ ਤੋਂ ਵੱਡੇ ਬੱਚੇ ਨੂੰ ਲੇਟ ਕੇ ਕਦੇ ਵੀ ਖਾਣਾ ਨਹੀਂ ਖਿਲਾਣਾ। ਤੁਸੀਂ ਕਿਸੇ ਵੀ ਉਮਰ ਦੇ ਬੱਚੇ ਲਈ ਲੇਟ ਕੇ ਖਾਣਾ ਖਾਣਾ ਠੀਕ ਨਹੀਂ ਹੈ, ਇਨਫੈਕਟ ਕਿ ਵੱਡਿਆਂ ਲਈ ਵੀ। ਜਾਂ ਜਿਵੇਂ ਹੁਣ ਕੋਈ ਬੱਚੇ ਨੂੰ ਕਿਸੇ ਦੌਰੇ ਦੀ ਦਵਾਈ ਚੱਲ ਰਹੀ ਹੈ ਤਾਂ ਉਹਨਾਂ ਬੱਚਿਆਂ ਦੇ ਵੀ ਕਫ ਰਿਫਲੈਕਸ ਥੋੜੇ ਸਲੋ ਹੁੰਦੇ ਨੇ, ਤਾਂ ਤੁਸੀਂ ਕਿਸੇ ਵੀ ਉਮਰ ਦੇ ਬੱਚੇ ਨੂੰ ਲੇਟ ਕੇ ਖਾਣਾ ਨਹੀਂ ਖਿਲਾਣਾ। ਅੱਜ ਕੱਲ ਪੇਰੈਂਟਸ ਕੀ ਕਰਦੇ ਆ ਕਿ ਫੋਨ ਅੱਗੇ ਰੱਖ ਦਿੰਦੇ ਆ, ਹਨਾ, ਤੂੰ ਸਕਰੀਨ ਦਿਖਾਉਂਦੇ ਹੋਏ ਖਾਣਾ ਖਿਲਾਉਂਦੇ ਆ, ਉਹਦੇ ਨਾਲ ਚੋਕਿੰਗ ਦੀ ਪ੍ਰੋਬਲਮਸ ਹੋਰ ਵੱਧ ਰਹੀਆਂ, ਕਿਉਂਕਿ ਬੱਚੇ ਦਾ ਖਾਣਾ ਚਬਾਉਣ ਦੇ ਵੱਲ ਬਿਲਕੁਲ ਧਿਆਨ ਨਹੀਂ ਹੁੰਦਾ, ਉਹ ਮੂੰਹ ਵਿੱਚ ਖਾਣਾ ਰੱਖ ਕੇ ਬਿਲਕੁਲ ਭੁੱਲ ਜਾਂਦਾ ਹੈ। ਇਸ ਲਈ ਉਹ ਸਿਰਫ ਟੀਵੀ ਦੇਖ ਰਿਹਾ ਹੁੰਦਾ, ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਂ ਖਾਣਾ ਚਬਾਣਾ ਭੁੱਲ ਗਿਆ, ਇਸ ਲਈ ਚੋਕਿੰਗ ਇੰਸੀਡੈਂਟਸ ਹੋਰ ਵੀ ਵੱਧ ਰਹੇ ਨੇ। ਤੇ ਜੇ ਕਦੇ ਵੀ ਤੁਸੀਂ ਘਰ ਖਾਣਾ ਖਿਲਾ ਰਹੇ ਹੋ ਆਪਣੇ ਬੱਚੇ ਨੂੰ ਤੇ ਉਹਦਾ ਰੰਗ ਇੱਕਦਮ ਬਦਲ ਜਾਵੇ ਜਾਂ ਤੁਹਾਨੂੰ ਲੱਗੇ ਕਿ ਉਹ ਸਾਹ ਲੈਣਾ ਇੱਕਦਮ ਥੋੜੀ ਦੇਰ ਲਈ ਬੰਦ ਕਰ ਗਿਆ, ਤਾਂ 2-3 ਚੀਜ਼ਾਂ ਨੇ ਜਿਹੜੀ ਤੁਸੀਂ ਘਰ ਕਰ ਸਕਦੇ ਹੋ, ਜਿਹਨੂੰ ਕਿ ਆਪਾਂ ਫਸਟ ਏਡ ਕਹਿੰਦੇ ਹਾਂ। ਹਾਸਪਿਟਲ ਪਹੁੰਚਣ ਤੋਂ ਪਹਿਲਾਂ, ਹਾਸਪਿਟਲ ਤਾਂ ਤੁਸੀਂ ਜਾਣਾ ਹੀ ਹੈ ਘਰ ਦੇ ਨੇੜੇ, ਜਿਹੜੇ ਵੀ ਤੁਹਾਡੇ ਬੱਚਿਆਂ ਦੇ ਡਾਕਟਰ ਹੈ, ਉਦੋਂ ਤੱਕ ਪਹੁੰਚਦੇ ਹੋਏ ਤੁਸੀਂ 2 ਫਸਟ ਏਡ ਦੇਣੀ ਹੈ। ਇੱਕ ਜੇ ਤੁਹਾਡਾ 1 ਸਾਲ ਤੋਂ ਨੀਚੇ ਬੱਚਾ ਹੈ, ਤੁਸੀਂ ਉਹਨੂੰ ਗੋਦ ਵਿੱਚ ਲੈਣਾ ਹੈ, ਏਦਾਂ ਆਪਣੀ ਬਾਂਹ ਬੱਚੇ ਦੀ ਪਿੱਠ ਦੇ ਅੱਗੇ ਰੱਖਣੀ ਹੈ, ਤੇ ਇਹਨੂੰ ਅਸੀਂ 2-ਫਿੰਗਰ ਟੈਕਨੀਕ ਕਹਿੰਦੇ ਹਾਂ। 2 ਫਿੰਗਰ ਬੱਚੇ ਦੀ ਛਾਤੀ ਦੇ ਉੱਤੇ ਇਸ ਤਰੀਕੇ ਨਾਲ ਤੁਸੀਂ ਐਵੇਂ ਪ੍ਰੈਸ ਕਰਨਾ, ਇਹਨੂੰ ਅਸੀਂ ਚੈਸਟ ਥਰਸਟ ਕਹਿੰਦੇ ਹਾਂ। 5 ਵਾਰੀ ਤੁਸੀਂ ਏਦਾਂ ਕਰਨਾ ਹੈ ਜ਼ੋਰ ਦੇ ਨਾਲ, ਤਾਂ ਕਿ ਜਿਹੜਾ ਉਹਦੇ ਗਲੇ ਦੇ ਵਿੱਚ ਖਾਣਾ ਫਸਿਆ ਹੋਇਆ ਹੈ ਉਹ ਨਿਕਲ ਜਾਵੇ। ਤੇ ਏਦਾਂ ਕਰਦੇ ਹੋਏ ਤੁਸੀਂ ਉਹਦੇ ਫੇਸ ਦੇ ਵੱਲ ਧਿਆਨ ਰੱਖਣਾ ਹੈ ਕਿ ਸਾਹ ਬੱਚਾ ਲੈ ਰਿਹਾ ਹੈ ਜਾਂ ਨਹੀਂ ਲੈ ਰਿਹਾ ਹੈ। ਤੇ ਜੇ ਇਸ ਤੋਂ ਬਾਅਦ ਅਸੀਂ ਇੱਕ ਬੈਕ ਸਲੈਬ ਦਿੰਦੇ ਹਾਂ ਬੱਚੇ ਨੂੰ, ਏਦਾਂ ਕਰਨ ਤੋਂ ਬਾਅਦ ਤੁਸੀਂ ਦੇਖ ਲਿਆ ਕਿ ਹਾਂ ਬੱਚੇ ਦਾ ਖਾਣਾ ਬਾਹਰ ਨਿਕਲ ਰਿਹਾ, 1, 2, 3,
ਚਾਰ ਪੰਜ, ਫਿਰ ਬੱਚੇ ਨੂੰ ਪੁੱਠਾ ਕਰਨਾ ਹੈ ਤੁਸੀਂ ਏਦਾਂ, ਤੇ ਏਦਾਂ ਪੰਜ ਵਾਰੀ ਥਾਪੀ ਮਾਰਨੀ ਹੈ। ਇੱਕ ਸਾਲ ਤੋਂ ਥੱਲੇ ਦੇ ਜਿਹੜੇ, ਇੱਕ ਸਾਲ ਤੋਂ ਥੱਲੇ, ਇੱਕ ਦੋ ਤਿੰਨ ਚਾਰ ਪੰਜ, 10 ਕਿਲੋ ਤੋਂ ਨੀਚੇ ਵਾਲੇ ਬੱਚਿਆਂ ਲਈ ਆਹ ਫਿੰਗਰ ਟੈਕਨੀਕ ਜ਼ਿਆਦਾ ਸਕਸੈਸਫੁਲ ਰਹਿੰਦੀ ਹੈ। 10 ਤੋਂ 20 ਕਿਲੋ ਦੇ ਬੱਚਿਆਂ ਵਾਸਤੇ ਬੈਕ ਸਲੈਬ ਟੈਕਨੀਕ ਜ਼ਿਆਦਾ ਸਕਸੈਸਫੁਲ ਮੰਨੀ ਗਈ ਹੈ। ਤੇ ਜੇ ਇਸੇ ਤਰ੍ਹਾਂ ਵੱਡਾ ਬੱਚਾ ਹੋਵੇ, ਤੁਸੀਂ ਉਹਨੂੰ, ਬੱਚੇ ਨੂੰ ਅੱਗੇ ਰੱਖ ਕੇ ਬੈਕ ਤੋਂ ਆਪਣੀਆਂ ਦੋਨੋਂ ਬਾਹਾਂ ਐਵੇਂ ਇਨਸਰਕਲ ਕਰਨੀਆਂ ਹਨ ਉਹਦੇ ਛਾਤੀ ਦੇ ਅੱਗੇ, ਤੇ ਆਪਣੀ ਮੁੱਠੀ ਬਣਾ ਕੇ ਉਹਦੀ ਛਾਤੀ ਦੇ ਉੱਤੇ ਉੱਪਰ ਵੱਲ ਨੂੰ ਪ੍ਰੈਸ਼ਰ ਪਾਉਣਾ ਹੈ। 1 2 3 4 5, ਤੇ ਏਦਾਂ ਕਰਦੇ ਹੋਏ ਤੁਸੀਂ ਬੱਚੇ ਦੇ ਫੇਸ ਵੱਲ ਧਿਆਨ ਰੱਖਣਾ ਹੈ ਕਿ ਉਹ ਸਾਹ ਲੈਂਦਾ ਰਹੇ। ਜੇ ਬੱਚਾ ਸਾਹ ਲੈਣਾ ਇਕਦਮ ਬੰਦ ਕਰ ਗਿਆ ਹੈ, ਤਾਂ ਤੁਸੀਂ ਬੱਚੇ ਦੇ ਮੂੰਹ ਦੇ ਉੱਤੇ ਆਪਣਾ ਮੂੰਹ ਸੀਲ ਕਰਕੇ ਏਦਾਂ ਕਰਕੇ ਦੋ ਵਾਰੀ ਸਾਹ ਦੇ ਸਕਦੇ ਹੋ, ਤੇ ਬੱਚੇ ਦੀ ਛਾਤੀ ਵੱਲ ਦੇਖਦੇ ਰਹਿਣਾ ਹੈ ਕਿ ਛਾਤੀ ਦਾ ਰਾਈਜ਼, ਚੈਸਟ ਰਾਈਜ਼ ਜਿਹਨੂੰ ਕਿ ਅਸੀਂ ਕਹਿੰਦੇ ਹਾਂ, ਉਹ ਹੋਣਾ ਚਾਹੀਦਾ ਹੈ। ਇਹ ਹੈ ਫਸਟ ਏਡ ਟੈਕਨੀਕ। ਇਹ ਟੈਕਨੀਕ ਕਰਦੇ ਹੋਏ ਇੱਕ ਜਣਾ ਐਂਬੂਲੈਂਸ ਬੁਲਾ ਲਵੇ ਤੇ ਨੇੜੇ ਦੇ ਹਸਪੀਟਲ 'ਚ ਤੁਸੀਂ ਜਲਦੀ ਤੋਂ ਜਲਦੀ ਜਾਓ। ਇਸ ਫਸਟ ਏਡ ਟੈਕਨੀਕ ਦੇ ਨਾਲ ਤੁਸੀਂ ਬੱਚੇ ਦੀ ਜਾਨ ਬਚਾ ਸਕਦੇ ਹੋ। ਪਹਿਲੀ ਗੱਲ, ਜਿਹੜੇ ਕਿ ਵੱਡੇ ਬੱਚੇ ਹਨ ਜਿਨ੍ਹਾਂ ਦਾ ਕੋਈ ਦਿਮਾਗੀ ਦਿੱਕਤ ਹੈ ਜਾਂ ਦੌਰਿਆਂ ਦੀ ਦਿੱਕਤ ਹੈ, ਉਹਨਾਂ ਨੂੰ ਅਸੀਂ ਸਪੈਸ਼ਲ ਜਦੋਂ ਇੱਥੋਂ ਡਿਸਚਾਰਜ ਕਰਦੇ ਹਾਂ ਉਸਦੇ ਅਕੋਰਡਿੰਗ ਟੈਕਨੀਕ ਸਮਝਾ ਕੇ ਭੇਜਦੇ ਹਾਂ, ਕਿਉਂਕਿ ਕਈ ਵਾਰੀ ਬੱਚੇ, ਕੁਛ ਬੱਚੇ ਦਿਮਾਗੀ ਤੌਰ ਤੇ ਨਾਰਮਲ ਨਹੀਂ ਹੁੰਦੇ, ਤਾਂ ਉਹਨਾਂ ਨੂੰ ਵੀ ਖਾਸ ਕੁਛ ਜਿਹੜੀ ਹੈ ਉਹ ਇੰਸਟਰਕਸ਼ਨ ਦਿੱਤੀ ਜਾਂਦੀ ਹੈ, ਜਿਹੜੇ ਸਪੈਸ਼ਲ ਚਾਈਲਡ ਹੁੰਦੇ ਜਾਂ ਫਿਰ ਜਿਹੜੇ ਜਿਹਨਾਂ ਨੂੰ ਪ੍ਰੋਬਲਮ ਹੁੰਦੀ ਹੈ। ਜਿਹੜੇ ਐਕਚੁਅਲੀ ਇਹ 'ਚ ਸਪੈਸ਼ਲ ਚਾਈਲਡ ਦੀਆਂ ਵੀ ਅੱਗੇ ਕੈਟਾਗਰੀਜ਼ ਹੈ। ਜਿਹੜੇ ਐਕਸਟ੍ਰੀਮਲੀ ਸਪੈਸ਼ਲ ਚਾਈਲਡ ਨੇ ਉਹਨਾਂ ਨੂੰ ਅਸੀਂ ਨਾਲੀ ਦੇ ਰਾਹੀਂ ਜਿਵੇਂ ਦਿੰਦੇ ਹਾਂ, ਹਨਾ, ਤੇ ਜਾਂ ਚਮਚ ਦੇ ਨਾਲ ਦਿੰਦੇ ਹਾਂ, ਉਹ ਪੂਰਾ ਸੋਲਿਡ ਫੂਡ ਇੰਨੇ ਪ੍ਰੋਪਰ ਤਰੀਕੇ ਨਾਲ ਨਹੀਂ ਲੈ ਸਕਦੇ ਕਿ ਜਿਵੇਂ ਇੱਕ ਨੋਰਮਲ ਬੱਚਾ ਲੈ ਸਕਦਾ ਹੈ। ਉਹਨੂੰ ਲੈ ਕੇ ਵੀ ਕਈ ਚੀਜ਼ਾਂ ਨੂੰ ਲੈ ਕੇ ਜਿਹੜੀ ਇੰਸਟਰਕਸ਼ਨ ਪੇਰੈਂਟਸ ਨੂੰ ਦਿੱਤੀ ਜਾਂਦੀ ਹੈ। ਹਾਂਜੀ, ਇਹ ਬਹੁਤ ਜ਼ਰੂਰੀ ਹੈ। ਜਿੱਦਾਂ ਮੈਮ ਨੇ ਦੱਸਿਆ, ਕਈ ਇਸ ਤਰ੍ਹਾਂ ਦੇ ਟਿਪਸ ਨੇ, ਹਾਲਾਂਕਿ ਹਸਪੀਟਲ ਤਾਂ ਤੁਸੀਂ ਜਾਣਾ ਹੀ ਹੈ ਡਾਕਟਰਸ ਦੇ ਨਾਲ, ਲੇਕਿਨ ਫਸਟ ਏਡ ਜਿੱਦਾਂ ਮੈਮ ਨੇ ਦੱਸਿਆ ਇੱਕ ਡੰਮੀ ਦੇ ਤਹਿਤ ਕਿ ਇੱਕ ਸਾਲ ਦੇ ਜਿਹੜਾ ਥੱਲੇ ਬੱਚਾ ਹੈ ਉਸਨੂੰ ਕਿਸ ਤਰ੍ਹਾਂ ਤੁਸੀਂ ਪੰਪ ਕਰਨਾ ਹੈ, ਤੇ ਦੂਜਾ ਇੱਕ ਸਾਲ ਤੋਂ ਉੱਪਰ ਜਿਹੜੇ ਵੱਡੇ ਬੱਚੇ ਨੇ ਜਾਂ ਇੱਕ ਪ੍ਰੋਬਲਮ ਆ ਰਹੀ ਹੈ, ਤਾਂ ਫਸਟ ਏਡ ਜਿਹਨੂੰ ਕਹਿੰਦੇ ਆਪਾਂ ਸਟਾਰਟਿੰਗ ਜਿਹੜੀ ਹੈ ਉਹ ਤੁਸੀਂ ਕਰਨੀ ਹੈ, ਕਿਉਂਕਿ ਬਹੁਤ ਜ਼ਰੂਰੀ ਹੈ ਕਿ ਇਸ ਤਰ੍ਹਾਂ ਦੇ ਕਈ ਕੇਸਿਸ ਪਹਿਲਾਂ ਵੀ ਸਾਹਮਣੇ ਆ ਚੁੱਕੇ ਨੇ, ਲੇਕਿਨ ਬਾਅਦ 'ਚ ਹੀ ਕਿਉਂ ਲੋਕੀ ਜਿਹੜੇ ਹੈਗੇ ਇਹ ਚੀਜ਼ਾਂ ਨੂੰ ਸਮਝਦੇ, ਇਹ ਬਹੁਤ ਜ਼ਰੂਰੀ ਹੈ ਅਵੇਅਰ ਹੋਣਾ। ਔਰ ਜਿਹੜੇ ਪੇਰੈਂਟ, ਜਿੱਦਾਂ ਮੈਮ ਨੇ ਇੱਕ ਬਹੁਤ ਅਹਿਮ ਗੱਲ ਦੱਸੀ ਕਿ ਟੀਵੀ ਲਾ ਕੇ ਬੱਚਿਆਂ ਨੂੰ ਖਾਣਾ ਜਿਹੜਾ ਹੈਗਾ ਉਹ ਦੇ ਦਿੰਦੇ, ਤੁਸੀਂ ਆਪਣੇ ਕੰਮ 'ਚ ਲੱਗ ਜਾਂਦੇ ਹੋ, ਇਹ ਬਹੁਤ ਗਲਤ ਹੈ। ਤੁਸੀਂ ਆਪਣੇ ਬੱਚਿਆਂ ਨੂੰ ਬਿਲਕੁਲ ਨਾਲ ਬਿਠਾ ਕੇ ਖਾਣਾ ਖਿਲਾਓ, ਟੀਵੀ ਦੇ ਅੱਗੇ ਜਾਂ ਮੋਬਾਈਲ ਦੇ ਸਾਹਮਣੇ ਨਾ ਰੱਖੋ, ਕਿਉਂਕਿ ਉਹ ਚੌਕ ਨਹੀਂ ਕਰਨਾ। ਮੋਹਾਲੀ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18, ਪੰਜਾਬ।